ਤੁਹਾਡਾ ਇੱਕ ਤਾਂ ਲੈਰ ਨਿਊਜ਼ ਦੇ ਵਿੱਚ ਡਾਕਟਰ ਕਮਲ ਹਸਪੀਟਲ ਪਹੁੰਚੇ ਆ, ਡਾਕਟਰ ਕਮਲ ਹਸਪੀਟਲ ਜਿੱਥੇ ਇੱਕ ਬਹੁਤ ਵੱਡਾ ਪ੍ਰਸ਼ਨ ਡਾਕਟਰ ਕਮਲਜੀਤ ਜੀ ਨੇ ਕੀਤਾ ਆ। ਜਿਹੜੇ ਪੇਸ਼ੈਂਟ ਆ ਮੇਰੇ ਨਾਲ ਤੁਸੀਂ ਦੇਖਣ ਜਾ ਰਹੇ ਹੋ, 5.5 ਕਿਲੋ ਦੀ ਰਸੌਲੀ ਜਿਹੜੀ ਆ ਇਹਨਾਂ ਨੇ ਸਫਲ ਆਪਰੇਸ਼ਨ ਕਰਕੇ ਡਾਕਟਰ ਸਾਹਿਬ ਨੇ ਕੱਢੀ ਆ। ਨਕੋਦਰ ਦੇ ਕਮਲ ਹੋਸਪਿਟਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿੱਥੇ ਇੱਕ ਸਫਲ ਆਪਰੇਸ਼ਨ ਹੋਇਆ ਜਿਸ ਦੇ ਵਿੱਚ ਤਕਰੀਬਨ 5.5 ਕਿਲੋ ਤੋਂ ਉੱਤੇ ਦੀ ਰਸੌਲੀ ਪੇਸ਼ੈਂਟ ਦੇ ਕੱਢੀ ਆ। ਮੈਂ ਗੱਲਬਾਤ ਥੋੜ੍ਹੀ ਜਿਹੀ ਕਰਾਂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਕਮਲਜੀਤ ਕੌਰ। ਕਿਹੜਾ ਪਿੰਡ ਆ ਜੀ? ਨੂਰਪੁਰ ਚੱਠਾ। ਨੂਰਪੁਰ ਚੱਠਾ। ਤੇ ਕਦੋਂ ਦੀ ਪ੍ਰੋਬਲਮ ਸੀ ਤੁਹਾਨੂੰ ਜੀ? ਪ੍ਰੋਬਲਮ ਤੇ ਮੈਂ ਆਦੇ ਕਿਹਾ ਬੱਚਾ ਹੈ ਮੇਰਾ ਜੀ, ਤੇ ਜਦੋਂ ਫਿਰ ਅਸੀਂ ਇੱਥੇ ਆਏ ਡਾਕਟਰਾਂ ਨੇ ਸਕੈਨ ਵਗੈਰਾ ਕੀਤੀ, ਤੇ ਉਹ ਕਹਿੰਦੇ ਰਸੌਲੀ ਆ। ਹਾਂਜੀ, ਰਸੌਲੀ ਤਕਰੀਬਨ 5.5 ਕਿਲੋ ਤੋਂ ਉੱਤੇ ਦੀ ਨਿਕਲੀ ਆ, ਇੱਕ ਸਫਲ ਆਪਰੇਸ਼ਨ ਕੀਤਾ ਡਾਕਟਰ ਸਾਹਿਬ ਨੇ, ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਬਹੁਤ ਧੰਨਵਾਦ ਕਹਿੰਦੇ ਇਹਨਾਂ ਨੂੰ, ਇਹਨਾਂ ਨੂੰ ਮਹਾਰਾਜ ਤਰੱਕੀਆਂ ਬਖਸ਼ੇ ਬਾਬਾ ਜੀ। ਹਾਂਜੀ, ਸਫਲ ਆਪਰੇਸ਼ਨ ਹੋਇਆ, ਡਾਕਟਰ ਕਮਲ ਜੀ ਸਾਡੇ ਨਾਲ ਮੌਜੂਦ ਨੇ, ਮੈਂ ਥੋੜ੍ਹੀ ਜਿਹੀ ਗੱਲਬਾਤ ਜ਼ਰੂਰ ਕਰਾਂਗਾ ਕਿਉਂਕਿ ਇੱਕ ਬਹੁਤ ਵਧੀਆ ਸਫਲ ਇਲਾਜ ਕੀਤਾ, ਸਫਲ ਆਪਰੇਸ਼ਨ ਕੀਤਾ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਹਾਂਜੀ, ਠੀਕ ਆ, ਸਤਿ ਸ਼੍ਰੀ ਅਕਾਲ ਜੀ। ਸਰ, ਇੱਕ ਆਪਰੇਸ਼ਨ ਕੀਤਾ, ਤੁਸੀਂ ਆਪ ਹੀ ਦੱਸੋ ਕੀ ਗੱਲਬਾਤ, ਕਿਸ ਤਰ੍ਹਾਂ ਹੋਈ? ਦੇਖੋ, ਇਸ ਤਰ੍ਹਾਂ ਹੈ ਕਿ ਬੱਚੇਦਾਨੀ ਦੀਆਂ ਰਸੌਲੀਆਂ ਬੜੀਆਂ ਕਾਮਨ ਨੇ ਜੀ, ਲੋਕੀ ਕਈ ਵਾਰੀ ਅਣਗਹਿਲੀ ਕਰ ਜਾਂਦੇ ਆ, ਚੈੱਕਅਪ ਨਹੀਂ ਕਰਾਉਂਦੇ, ਪਤਾ ਨਹੀਂ ਲੱਗਦਾ ਜੀ। ਇਹ ਇੱਕ ਪੇਸ਼ੈਂਟ ਸਾਡੇ ਕੋਲ ਆਇਆ, ਇਹਨੇ ਕਾਫੀ ਜਗ੍ਹਾ 'ਤੇ ਪਹਿਲਾਂ ਚੈੱਕਅਪ ਕਰਾਇਆ ਸੀ ਅਤੇ ਇਹ ਪੇਸ਼ੈਂਟ ਦੇ ਦਿਮਾਗ 'ਚ ਪਤਾ ਨਹੀਂ, ਮੇਰਾ ਜਿਹੜਾ ਪੇਟ ਵੱਧਦਾ ਪਿਆ ਉਹ ਪਤਾ ਨਹੀਂ ਮੇਰੇ ਅੰਦਰ ਕਿਤੇ ਬੱਚਾ ਹੀ ਨਾ ਹੋਏ, ਕਿਉਂਕਿ ਉਹਦੀ ਉਮਰ ਵੀ ਕੋਈ ਜ਼ਿਆਦਾ ਨਹੀਂ, 35-36 ਸਾਲ ਦੀ ਉਮਰ ਹੈ। ਤਾਂ ਜਦੋਂ ਸਕੈਨ ਕਰਾ ਕੇ ਲਿਆਈ, MRI ਕਰਾਈ ਉਹਨੇ ਕਿਤੋਂ ਜਲੰਧਰੋਂ, ਅਤੇ ਉਹਦੇ 'ਚ ਪਤਾ ਲੱਗਾ ਕਿ ਬੱਚੇਦਾਨੀ ਦੀ ਬਹੁਤ ਵੱਡੀ ਰਸੌਲੀ ਹੈ। ਉਹਨਾਂ ਨੇ ਮੈਨੂੰ ਅਪਰੋਚ ਕੀਤਾ, ਬੰਦੇ ਬਹੁਤ ਗਰੀਬ ਨੇ, ਜਲੰਧਰ ਦਾ ਇਲਾਜ ਵੀ ਅਫੋਰਡ ਨਹੀਂ ਕਰ ਸਕਦੇ ਸੀ, ਪਰ ਮੈਨੂੰ ਚੰਦ ਮਿੱਤਰਾਂ ਨੇ ਕਿਹਾ ਜੀ ਡਾਕਟਰ ਸਾਹਿਬ ਤੁਸੀਂ ਇੱਥੇ ਕਰੋ ਅਤੇ ਤੁਹਾਨੂੰ ਪਰਮਾਤਮਾ ਆਸ਼ੀਰਵਾਦ ਦੇ। ਮੈਂ ਕਿਹਾ ਜੀ ਜ਼ਰੂਰ ਕਰਾਂਗੇ। ਤੋ ਫਿਰ ਅਸੀਂ ਆਪਰੇਸ਼ਨ ਕੀਤਾ, ਆਪਰੇਸ਼ਨ ਜਿਹੜਾ ਉਹ ਕਾਮਯਾਬ ਹੋਇਆ ਅਤੇ ਪੇਸ਼ੈਂਟ ਜਿਹੜਾ ਹੈਗਾ ਅੱਜ 3 ਦਿਨ ਹੋ ਗਿਆ, ਬਿਲਕੁਲ ਠੀਕ ਠਾਕ ਆ, ਗੱਲਾਂ ਬਾਤਾਂ ਕਰਦਾ, ਪੇਸ਼ੈਂਟ ਖਾ ਪੀ ਰਿਹਾ। ਹਾਂਜੀ, ਕਿੰਨੀ ਰਸੌਲੀ? ਰਸੌਲੀ ਤਕਰੀਬਨ 5.5 ਕਿਲੋ ਦੀ ਹੋਣੀ ਹੈ ਜੀ। ਇਹ ਸੀ ਡਾਕਟਰ ਕਮਲਜੀਤ, ਇੱਕ ਇਹਨਾਂ ਦਾ ਪਿਆਰ ਸ਼ਹਿਰ ਦੇ ਨਾਲ ਪਿਆਰ ਇੰਨਾ ਆ, ਇਹ ਗਰੀਬਾਂ ਦੇ ਹਮਦਰਦ ਆ। ਦੇਖੋ ਜੀ, ਜਿਹੜੇ ਕਹਿੰਦੇ ਵੀ ਜਲੰਧਰੋਂ ਨਹੀਂ ਆਪਰੇਸ਼ਨ ਕਰਾ ਸਕੇ, ਇਹ ਡਾਕਟਰ ਕਮਲਜੀਤ, ਇੱਕ ਸਰ ਸਲੂਟ ਆ ਸਾਡੇ ਚੈਨਲ ਵੱਲੋਂ ਤੁਹਾਨੂੰ, ਜਿਹੜਾ ਤੁਸੀਂ ਗਰੀਬਾਂ ਦੀ ਇੰਨੀ ਮਦਦ ਕਰਦੇ ਹੋ। ਤਸਵੀਰਾਂ ਤੁਹਾਨੂੰ ਕਮਲ ਹਸਪਤਾਲ ਦੀਆਂ ਦਿਖਾ ਰਹੇ ਹਾਂ, ਜਿੱਥੇ ਇੱਕ ਮੱਧਮ ਵਰਗ ਦਾ ਜਿਹੜਾ ਗਰੀਬ ਪਰਿਵਾਰ ਆ, ਜਿਹੜਾ ਇਲਾਜ ਜਲੰਧਰੋਂ ਨਹੀਂ ਕਰਾ ਸਕਿਆ, ਅੱਜ ਕਮਲ ਹੋਸਪਿਟਲ ਦੇ ਵਿੱਚ 5.5 ਕਿਲੋ ਦੀ ਡਾਕਟਰ ਸਾਹਿਬ ਨੇ ਰਸੌਲੀ ਕੱਢੀ ਆ। ਤਸਵੀਰਾਂ ਤੁਹਾਨੂੰ ਕਮਲ ਹਸਪਤਾਲ ਦੀਆਂ ਦਿਖਾ ਰਹੇ ਸੀ, ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ।